ਇਸ ਐਵਨ ਦੇ ਵਿੱਚ ਚੋਰ ਫੜਿਆ ਜਿਹੜਾ 6 ਮਹੀਨੇ ਤੋਂ ਆਪਣੇ ਲਗਾਤਾਰ ਮਕਾਨ ਵਾਲੇ ਦੇ ਘਰ ਚੋਰੀ ਕੀ ਸਰ ਮਾਮਲਾ ਸਰ? ਇਹ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ 5/7/24 ਨੂੰ ਕਿ ਗ੍ਰੇਸ ਐਵਨਿਊ ਜੋ ਅਮਨ ਦੀ ਮੈਡੀਸਿਟੀ ਦੇ ਬੈਕ ਸਾਈਡ ਦਾ ਏਰੀਆ ਆ ਲਾਰੈਂਸ ਰੋਡ, ਉੱਥੇ ਜਿਹੜੇ ਕੋਈ ਖਾਲੀ ਘਰ ਨੇ ਉਹਨਾਂ ਵਿੱਚ ਜਾਂ ਕਈ ਦੂਸਰੇ ਘਰਾਂ ਦੇ ਵਿੱਚ ਕੁਝ ਸਮੇਂ ਤੋਂ ਜਿਹੜਾ ਕੋਈ ਘਰੇਲੂ ਸਮਾਨ ਸੀ, ਕੋਈ ਉਹਨਾਂ ਦੀਆਂ ਟੂਟੀਆਂ ਜਾਂ ਕੋਈ ਤਾਰਾਂ ਜਾਂ ਕੋਈ ਹੋਰ ਸਟੋਰ ਦੇ ਵਿੱਚ ਕੋਈ ਸਮਾਨ ਪਿਆ ਸੀ, ਉਹ ਚੋਰੀ ਹੋ ਰਿਹਾ ਸੀ। ਇਹਦੇ ਸੰਬੰਧ ਵਿੱਚ ਅਸੀਂ ਇਨਫੋਰਮੇਸ਼ਨ 'ਤੇ FIR ਰਜਿਸਟਰ ਕੀਤੀ, FIR ਨੰਬਰ 115 ਡੇਟਡ 5/7/24 ਅੰਡਰ ਸੈਕਸ਼ਨ 305-317 BNS ਥਾਣਾ ਸਿਵਲ ਲਾਈਨ। ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹਦੇ ਵਿੱਚ ਅਸੀਂ 3 ਦੋਸ਼ੀ ਅਰੈਸਟ ਕੀਤੇ ਆ, ਜਿਨ੍ਹਾਂ ਵਿੱਚੋਂ ਜਤਿੰਦਰ ਸਿੰਘ, ਆਕਾਸ਼ ਅਤੇ ਗੌਰਵ, ਇਹ ਸਾਰੇ ਵੇਰਕੇ ਦੇ ਰਹਿਣ ਵਾਲੇ ਨੇ। ਔਰ ਇਹਨਾਂ ਪਾਸੋਂ ਜੋ ਹਾਰਡਵੇਅਰ ਦਾ ਸਮਾਨ ਹੈ ਜੋ ਘਰਾਂ ਦੇ ਵਿੱਚ ਚੋਰੀਆਂ ਕਰਦੇ ਸੀ ਉਹ ਅਸੀਂ ਰਿਕਵਰ ਕੀਤਾ ਹੈ। ਸਰ ਕੋਈ ਨਸ਼ੇ ਵਗੈਰਾ ਤਾਂ ਆਦੀ ਸੀ ਜਾਂ ਕੋਈ ਪਹਿਲਾਂ ਵੀ ਕੋਈ ਮਾਮਲਾ ਦਰਜ ਹੈਗਾ ਸਰ? ਇਹਦੇ ਵਿੱਚ ਜਿਹੜਾ ਜਤਿੰਦਰ ਸਿੰਘ ਹੈਗਾ ਆ ਜੀ, ਇਹਦੇ 'ਤੇ ਪਹਿਲਾਂ ਵੀ NDPS ਦਾ ਕੇਸ ਰਜਿਸਟਰਡ ਆ ਥਾਣਾ ਵੇਰਕੇ ਤੋਂ, ਅਤੇ ਬਾਕੀ ਵੀ ਜਿਹੜੇ ਹੈਗੇ ਨੇ ਉਹ ਵੀ ਡੀ ਡਿਕਸ਼ਨ ਤੋਂ ਉਹਨਾਂ ਦਾ ਗੋਲੀਆਂ ਵਗੈਰਾ ਲੈ ਰਹੇ ਨੇ ਉਹ। ਸਰ ਕਿੰਨੀ ਕੁ ਉਮਰ ਹੈਗੀ ਆ, ਕਿੰਨੀ ਦੇਰ ਤੋਂ ਕੰਮ ਕਰ ਰਹੇ ਆ? ਇਹ ਤਕਰੀਬਨ ਇਹਨਾਂ ਦੀ 25-26 ਸਾਲ ਦਾ ਜੀ ਗਰੁੱਪ ਆ, ਅਤੇ ਜੋ ਸਾਨੂੰ ਗ੍ਰੇਸ ਐਵਨਿਊ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਵੀ ਸ਼ਿਕਾਇਤ ਮਿਲ ਰਹੀ ਸੀ, ਅਤੇ ਅਸੀਂ ਉਹਦੇ ਸੰਬੰਧ ਵਿੱਚ ਰੈਗੂਲਰ ਹੀ ਉੱਥੇ ਪੈਟਰੋਲਿੰਗ ਅਤੇ ਬਾਕੀ ਸਾਨੂੰ ਜੋ ਇਨਫੋਰਮੇਸ਼ਨ ਮਿਲੀ ਉਹਦੇ ਬੇਸਿਸ 'ਤੇ FIR ਰਜਿਸਟਰ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਹੈ। ਸਰ ਇਹਨਾਂ ਦੇ ਹੋਰ ਵੀ ਕੋਈ ਗੈਂਗ ਇਹਨਾਂ ਦੇ ਨਾਲ ਸੰਬੰਧਿਤ ਰੱਖਦੇ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਿ ਕੋਈ ਹੋਰ ਇਹਨਾਂ ਦੇ ਨਾਲ ਅੱਗੇ ਫਦਰ ਕੋਈ ਇਹਨਾਂ ਦੇ ਨਾਲ ਬੰਦੇ ਅਟੈਚਡ ਨੇ ਜਾਂ ਇਹਨਾਂ ਦੇ ਕੋਈ ਇਨਫੋਰਮੇਸ਼ਨ ਦੇਣ ਵਾਲਾ ਕੋਈ ਰੈਕੀ ਕੰਡਕਟ ਕਰਨ ਵਾਲਾ, ਉਹਨਾਂ ਨੂੰ ਵੀ ਅਸੀਂ ਜਲਦੀ ਇਹਦੇ ਵਿੱਚ ਨਾਮਜ਼ਦ ਕਰਕੇ ਅਰੈਸਟ ਕਰਾਂਗੇ। ਸਰ ਕਿਹਨੂੰ ਵੇਚਦੇ ਜੀ ਸਮਾਨ ਜਿਹੜਾ? ਉਹ ਅਜੇ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ, ਇਹਦੇ ਵਿੱਚ ਕੋਈ ਜਿਹੜਾ ਹਾਰਡਵੇਅਰ ਦਾ ਸਮਾਨ ਆ ਉਹ ਰਿਕਵਰ ਕੀਤਾ ਗਿਆ, ਬਾਕੀ ਅੱਗੇ ਇਹਨਾਂ ਕੋਲ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇੱਕ ਦੋਸ਼ੀ ਜਿਹੜਾ ਜਤਿੰਦਰ ਹੈ ਉਹ ਰਿਮਾਂਡ 'ਤੇ ਆ, ਅਤੇ ਦੂਸਰੇ ਦੋਸ਼ੀਆਂ ਨੂੰ ਕੋਈ ਅਸੀਂ ਅੱਜ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਫਦਰ ਰਿਮਾਂਡ ਲਵਾਂਗੇ ਅਤੇ ਅੱਗੇ ਉਹਨਾਂ ਤੋਂ ਕਲੀਅਰ ਕਰਾਂਗੇ। ਸਰ ਜਿਹੜਾ ਸਮਾਨ ਜਿਹਨੂੰ ਵੇਚਦੇ ਉਹਦੇ ਵੀ ਕੋਈ ਕਾਰਵਾਈ ਕੀਤੀ ਜਾਵੇਗੀ ਸਰ? ਬਿਲਕੁਲ, ਉੱਤੇ ਕਾਰਵਾਈ ਕੀਤੀ ਜਾਵੇਗੀ ਅਤੇ ਅਸੀਂ ਪੂਰੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਔਰ ਜਿਹੜਾ ਫਦਰ ਇਹਨਾਂ ਨੇ ਬਾਕੀ ਹੋਰ ਕਿਸੇ ਏਰੀਏ ਤੋਂ ਵੀ ਸਮਾਨ ਚੋਰੀ ਕੀਤਾ ਹੋਏਗਾ ਉਹਦੇ ਸੰਬੰਧੀ ਵੀ ਅਸੀਂ ਰਿਕਵਰ ਕਰਨ ਦੀ ਕੋਸ਼ਿਸ਼ ਕਰਾਂਗੇ।